ਹੈਲੋ, ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਦਾਤਾ ਜੀ ਦੇ ਦਰਬਾਰ, ਬਾਬਾ ਮੋਹਕਮ ਦੀਨ ਸ਼ਾਹ ਸਰਕਾਰ, ਸਾਡੇ ਸਾਈਂ ਜੀ ਗਦਿਨ ਸ਼ੀਨ ਦਾਤਾ ਜੀ, ਸੋਨੀ ਸਾਈਂ ਜੀ, ਪੱਪੂ ਸਾਈਂ ਜੀ, ਆਦਮਪੁਰ ਤੋਂ ਸਾਡੇ ਬਾਬਾ ਜੀ ਪਹੁੰਚੇ ਆ, ਸਾਡੇ ਸਚਿਨ ਸਾਈਂ ਜੀ, ਜਿੰਨਾ ਪਰਿਵਾਰ ਸੁੱਖਾ ਬਾਬਾ ਜੀ ਧੀਣਾ ਤੋਂ, ਸਾਡੇ ਮਾਤਾ ਜੀ, ਸਾਡੇ ਸਾਰੇ ਜਿੰਨੇ ਜਿੰਨੀਆਂ ਰੂਹਾਂ ਪਹੁੰਚੀਆਂ ਸਾਰਿਆਂ ਤੋਂ, ਹੁਸ਼ਿਆਰਪੁਰ ਤੋਂ ਦੇਵਾ ਜੀ ਪਹੁੰਚੇ ਆ, ਜੀ ਆਇਆਂ ਵੈਲਕਮ ਆ, ਜਿੰਨੀਆਂ ਵੀ ਰੂਹਾਂ ਪਹੁੰਚੀਆਂ ਸਾਰਿਆਂ ਨੂੰ ਦਾਤਾ ਜੀ ਦੀ ਹਜ਼ੂਰੀ ਵਿੱਚ, ਸਾਰਿਆਂ ਦਾ ਇਸਤਕਬਾਲ ਕਰਦੇ ਹਾਂ, ਸਾਰਿਆਂ ਨੂੰ ਉਸ ਦੀ ਮੁਬਾਰਕਬਾਦ ਦਿੰਦੇ ਹਾਂ। ਇੱਕ ਜ਼ੋਰਦਾਰ ਜਕਾਰਾ ਸਾਰੀ ਸੰਗਤ ਅੱਗੇ ਬੇਨਤੀ ਹੈ ਕਿ ਲਾਉਣਾ ਆਪਾਂ ਦੋਨੇ ਹੱਥ ਖੜੇ ਕਰਕੇ। ਹੈਲੋ ਹੈਲੋ ਹੈਲੋ, ਜਕਾਰਾ ਬਾਬਾ ਮੋਹਕਮ ਦੀਨ ਸ਼ਾਹ ਸਰਕਾਰ ਦਾ, ਬੋਲ ਸੱਚੇ ਦਰਬਾਰ, ਜਕਾਰਾ ਬਾਬਾ ਮੁਰਾਦ ਸ਼ਾਹ, ਬੋਲ ਸੱਚੇ ਦਰਬਾਰ, ਜਕਾਰਾ ਲਾਟੀ ਸਾਈਂ, ਬੋਲ ਸੱਚੇ ਦਰਬਾਰ। ਠੀਕ ਹੈ, ਹੈਲੋ ਹੈਲੋ ਹੈਲੋ, ਹਾਂਜੀ ਸਾਈਂ ਜੀ, ਇਜਾਜ਼ਤ ਜੀ, ਕ੍ਰਿਸ਼ਨ ਝੁਕਾ ਕੇ ਸਰ ਤੇਰੇ ਆਸਤਾਨੇ ਪਰ, ਝੁਕਾ ਕੇ ਸਰ ਤੇਰੇ ਆਸਤਾਨੇ ਪਰ, ਮੁਝੇ ਹਰ ਇੱਕ ਮੁੱਦਾ ਮਿਲ ਗਿਆ, ਝੁਕਾ ਕੇ ਸਰ ਤੇਰੇ ਆਸਤਾਨੇ ਪਰ, ਮੁਝੇ ਹਰ ਇੱਕ ਮੁੱਦਾ ਮਿਲ ਗਿਆ, ਤੇਰੀ ਗਲੀ ਤੇਰੀ ਗਲੀ ਮੈਂ ਛੋੜ ਦੂੰ ਕੈਸੇ, ਤੇਰੀ ਗਲੀ ਮੈਂ ਛੋੜ ਦੂੰ ਕੈਸੇ, ਤੇਰੀ ਗਲੀ ਮੈਂ ਮੁਝੇ ਖੁਦ ਖੁਦਾ ਮਿਲ ਗਿਆ, ਛੋੜ ਦੂੰ ਕੈਸੇ, ਤੇਰੀ ਗਲੀ ਮੈਂ ਮੁਝੇ ਖੁਦ ਖੁਦਾ ਮਿਲ ਗਿਆ, ਵੇ ਮਾਇਆ ਤੇਰੇ, ਵੇ ਮਾਇਆ ਤੇਰੇ ਵੇਖਣ ਨੂੰ ਮੈਂ ਚੁੱਕ ਚਰਖਾ ਗਲੀ ਵਿੱਚ ਡਾਂ, ਵੇ ਮਾਇਆ ਤੇਰੇ ਵੇ
फरमावे वे डोला वे माया तेरे वेखण ਸਾਡੀਆਂ ਰਾਵਾਂ ਸਾਡੀਆਂ ਨਿਗਾਹ ਅੱਖਾਂ ਥੱਕ ਜਾਂਦੀਆਂ ਦੀਦਾਰ ਨੂੰ ਜਦੋਂ ਯਾਰ ਦਾ ਦੀਦਾਰ ਹੋ ਜਾਂਦਾ ਫਿਰ ਰੱਬ ਹੀ ਦਿਖਦਾ ਕਹਿੰਦਾ ਮਾਈਆ ਤੇਰੇ ਵੇਖਣ ਨੂੰ ਚੁੱਕ ਚਰਖਾ ਗਲੀ ਵਿੱਚ ਚੜਾਵਾ ਮੈਂ ਲੋਕਾਂ ਭਾਣੇ ਸੂਤ ਕੱਤਦੀ ਵੇ ਤੰਦ ਤੇਰੀਆਂ ਯਾਦਾਂ ਦੇ ਬਾਬੁਲ ਦੀ ਬਾਬੁਲ ਦੀ ਵੇ ਮੇਰਾ ਜੀ ਨਹੀਂ ਉਹ ਲੱਗਦਾ ਵੇ ਮੈਨੂੰ ਸਾੜੇ ਸੇ ਜ਼ਰਦੀ ਅਗਦਾ ਵੇ ਇਹੋ ਮੇਰਾ ਜੀ ਕਰਦਾ ਮੈਂ ਘਰ ਛੱਡ ਕੇ ਮਲੰਗ ਹੋ ਜਾਵਾਂ ਪਿਆਰ ਤੇਰਾ ਹੋ ਪਿਆਰ ਤੇਰਾ ਪਿਆਰ ਤੇਰਾ ਸਰਦਾਰ ਨਹੀਂ ਭੁੱਲਦਾ ਅੱਖੀਆਂ ਵਿੱਚੋਂ ਨੀਰ ਨਹੀਂ ਸੁੱਕਦਾ ਹਾਏ ਵੇ ਲੋਕੀ ਕਹਿੰਦੇ ਕਿਉਂ ਰੋਨੀਆਂ ਮੈਂ ਦੱਸ ਕਿਹੜਾ ਬਹਾਨਾ ਲਾਵਾਂ ਲੋਕੀ ਕਹਿੰਦੇ ਕਿਉਂ ਰੋਨੀਆਂ ਮੈਂ ਦੱਸ ਕਿਹੜਾ ਬਹਾਨਾ ਲਾਵਾਂ ਕਹਿੰਦਾ ਬੁੱਲਿਆ ਬੁੱਲਿਆ ਜੇ ਰੱਬ ਨੂੰ ਪਾਉਣਾ ਹੈ ਇੱਕ ਇਬਾਦਤ ਹੈ ਕਹਿੰਦਾ ਬੁੱਲਿਆ ਰੱਬ ਤੇਥੋਂ ਵੱਖ ਨਹੀਂ ਤੇਰੀ ਦੇਖਣ ਵਾਲੀ ਅੱਖ ਨਹੀਂ ਜੇ ਦਿਲ ਵਾਲੀ ਅੱਖ ਨਾਲ ਵੇਖੇਗਾ ਯਾਰ ਤੇਰੇ ਸਾਹਮਣੇ ਬੈਠਾ ਜ਼ਰੂਰ ਬਾਬਾ ਬੁੱਲੇ ਸ਼ਾਹ ਫਰਮਾਉਂਦੇ ਕਹਿੰਦੇ ਬੁੱਲਿਆ ਜਦ ਮੈਂ ਵਿੱਚ ਰਹੀ ਨਾ ਮੈਂ ਜਦ ਮੈਂ ਵਿੱਚ ਰਹੀ ਨਾ ਮੈਂ ਉੱਥੇ ਡੇਰਾ ਕੀਤਾ ਤੈਂ ਲੋਕੀ ਮੈਨੂੰ ਤਾਨੇ ਦਿੰਦੇ ਜੋ ਕਰਾਈ ਤੈਂ ਕਿ ਮੈਨੂੰ ਕੀ ਹੋਇਆ ਕਹਿੰਦਾ ਜੇ ਮਾੜਾ ਟੱਗਾ ਸਾਨੂੰ ਕਿਸੇ ਬੰਨੇ ਕੰਢੇ ਨਹੀਂ ਲਾ ਸਕਦਾ ਇਹਨੂੰ ਕਸਾਈਆਂ ਨੂੰ ਦੇ ਦੇ ਕਸਾਈਆਂ ਕੋਲ ਤਾਂ ਕੁਝ ਕਰ ਨਹੀਂ ਜਾਂਦਾ ਬੁੱਲਿਆ ਜੇ ਟੱਗਾ ਸਿੱਧੇ ਰਾਹ ਜਾਵੇ ਬੁੱਲਿਆ ਜੇ ਟੱਗਾ ਸਿੱਧੇ ਰਾਹ ਜਾਵੇ ਗੱਡਾ ਹਿਚਕੋਲੇ ਕਿਉਂ ਖਾਵੇ ਬਿਨ ਜੋੜਿਆਂ ਗੱਡਾ ਜੁੜਦਾ ਨਹੀਂ ਜੁੜ ਪਵੇ ਤੇ ਸਿੱਧਾ ਤੁਰਦਾ ਨਹੀਂ ਜਿਹੜਾ ਟੱਗਾ ਗੱਡੇ ਤੇ ਚੜਦਾ ਗੱਡੇ ਨੂੰ ਬੰਨੇ ਕਦ ਲਾਵੇ ਹੁਣ ਬਦਲੀ ਨੀਤ ਸੀ ਟੱਗੇ ਦੀ ਤੇ ਵਿੱਚੋਂ ਕਾਲੇ ਤੇ ਉੱਤੋਂ ਬੱਗੇ ਦੀ ਇਹਨੂੰ ਲਾਜ਼ਮੀ ਅੱਗੇ ਲੱਗੇ ਦੀ ਮਤਲਬ ਦੀਆਂ ਚੁੱਭੀਆਂ ਪਿਆ ਲਾਵੇ ਜੇ ਬਚਣਾ ਟਿੱਬਿਆਂ ਖਾਈਆਂ ਤੋਂ ਇਹਨੂੰ ਜੀਵਾ ਕਰਾ ਕਸਾਈਆਂ ਤੋਂ ਹੱਕਾਰ ਜਿਆ ਤੇਰੀਆਂ ਬਾਈਆਂ ਤੋਂ ਵੀ ਮੈਨੂੰ ਬੰਨੇ ਮੇਰਾ ਰੱਬ ਲਾਵੇ ਜਿਹੜਾ ਦਿਸਦਾ ਨਹੀਂ ਉਹਨੂੰ ਮੰਨਦਾ ਹੈ ਜਿਹੜਾ ਦਿਸਦਾ ਨਹੀਂ ਉਹਨੂੰ ਮੰਨਦਾ ਹੈ ਜਿਹੜਾ ਦਿਸਦਾ ਹੈ ਉਹਨੂੰ ਮੰਨਦਾ ਨਹੀਂ ਜੇ ਪਿਆਰ ਗੁਨਾਹ ਹੈ ਲੋਕੋ ਮੈਂ ਪਿਆਰ ਕੀਤਾ ਮੈਨੂੰ ਮਾਰ ਦਿਓ ਜੇ ਪਿਆਰ ਗੁਨਾਹ ਹੈ ਲੋਕੋ ਕੀਤਾ ਪਿਆਰ ਕੀਤਾ ਮੈਨੂੰ ਮਾਰ ਦਿਓ ਮੇਰਾ ਤਨ ਮਨ ਟੁਕੜੇ ਕਰਕੇ ਸਾਈ ਮੋਕਮ ਦੀਨ ਸ਼ਾਹ ਦੇ ਉੱਤੋਂ ਵਾਰ ਦਿਓ ਜੇ ਉਹ ਤੇਰਾ ਕੁਝ ਨਹੀਂ ਲੱਗਦਾ ਕੀਤਾ ਉੱਤੋਂ ਲੈਣਾ ਜੇ ਉਹ ਤੇਰਾ ਕੁਝ ਨਹੀਂ ਲੱਗਦਾ ਕੀਤਾ ਉੱਤੋਂ ਲੈਣਾ ਜੇ ਤੇਰਾ ਕੁਝ ਲੱਗਦਾ ਤੈਨੂੰ ਸਭ ਨੂੰ ਦੱਸਣਾ ਪੈਣਾ ਵੀ ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ ਹੈ ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ
ਨਹੀਂ ਲੱਗਦਾ ਕੀ ਤੈਂ ਹੋ ਤੋਂ ਲੈਣਾ ਜੇ ਉਹ ਤੇਰਾ ਕੁਝ ਨਹੀਂ ਲੱਗਦਾ ਕੀ ਤੈਂ ਹੋ ਤੋਂ ਲੈਣਾ ਪਾਈ
ਸਾਡਾ ਜੀ ਇਹ ਦੁਨੀਆ ਜਿਹੜੀ ਹੈ ਇੱਥੇ ਆਉਣਾ ਜਾਣਾ ਬੰਦੇ ਦਾ ਲੱਗਿਆ ਕਹਿੰਦੇ ਜੈਸਾ ਬੀਜ ਬੀਜਣਾ ਦੁਨੀਆ ਦੇ ਵਿੱਚ ਜੈਸਾ ਬੀਜ ਬੀਜਣਾ ਵੈਸਾ ਫਲ ਪਾਉਣਾ ਹੈ ਜੇ ਕਿੱਕਰਾਂ ਦੇ ਬੀਜ ਬੀਜਣੇ ਤਾਂ ਕਿੱਕਰਾਂ ਦੇ ਕੰਢੇ ਪਾਉਣੇ ਆ ਜੇ ਕੋਈ ਫਲ ਦਾ ਬੂਟਾ ਲਾਉਣਾ ਤਾਂ ਫਲ ਪਾਉਣਾ ਹਜ਼ੂਰ ਬਈ ਕਿੱਕਰਾਂ ਦੇ ਬੀਜ ਬੀਜ ਕੇ ਬਈ ਕਿੱਕਰਾਂ ਦੇ ਬੀਜ ਬੀਜ ਕੇ ਬਈ ਕਿੱਕਰਾਂ ਦੇ ਬੀਜ ਬੀਜ ਕੇ ਕਿੱਕਰਾਂ ਦੇ ਬੀਜ ਬੀਜ ਕੇ ਮੁਸਲਮਾਨ ਨੇ ਬਹੁਤ ਖੁਦਾ ਤੋਂ ਡਰਦੇ ਅੱਜ ਕੱਲ ਦੇ ਮੁਸਲਮਾਨ ਨੇ ਬਹੁਤ ਖੁਦਾ ਤੋਂ ਡਰਦੇ ਅੱਜ ਕੱਲ ਦੇ ਮੁਸਲਮਾਨ ਬਹੁਤ ਖੁਦਾ ਤੋਂ ਡਰਦੇ ਭਈ ਅੱਜ ਕੱਲ ਦੇ ਮੁਸਲਮਾਨ ਤੇ ਬਹੁਤ ਖੁਦਾ ਤੋਂ ਡਰਦੇ ਅੱਜ ਕੱਲ ਦੇ ਮੁਸਲਮਾਨ ਤੇ ਬਹੁਤ ਖੁਦਾ ਤੋਂ ਡਰਦੇ ਉਹ ਵੱਡੀ ਲੈਣਾ ਹਰਾਮ ਸਮਝਦੇ ਤੌਬਾ ਤੌਬਾ ਕਰਦੇ ਵੱਡੀ ਲੈਣਾ ਹਰਾਮ ਤੌਬਾ ਤੌਬਾ ਕਰਦੇ ਵੱਡੀ ਲੈਣਾ ਹਰਾਮ ਤੌਬਾ ਤੌਬਾ ਕਰਦੇ ਉਹ ਵੱਡੀ ਲੈਣਾ ਹਰਾਮ ਸਮਝਦੇ ਤੌਬਾ ਤੌਬਾ ਕਰਦੇ ਕਿੱਕਰਾਂ ਦੇ ਬੀਜ ਬੀਜ ਕੇ ਨਾ ਮਾਨ ਪਛਾਣੀ ਨਾ ਖਾ ਬਈ ਕਿੱਕਰਾਂ ਦੇ ਬੀਜ ਬੀਜ ਕੇ ਨਾ ਮਾਨ ਪਛਾਣੀ ਨਾ ਖਾ
ਕੋਈ ਸ਼ੱਕਰ ਪੂਰੇ ਵਰਗੀ ਗੁੜ ਚੋਰੀ ਦਾ ਖਾਵੇ ਦਿਲਾਂ ਦੇ ਸੌਦੇ ਕੀਤੇ ਨੇ ਹਜ਼ਰਤ ਪੀਰ ਪੀਰਾਂ ਦੇ ਪੀਰ ਅਬਦੁਲ ਕਾਦਰ ਸ਼ਾਹ ਜਲਾਨੀ ਹੈਲੋ ਹੈਲੋ ਜਨਾਬ ਮੀਰਾ ਗੌਸ ਬਾਗ ਸਰਕਾਰ ਅਬਦੁਲ ਕਾਦਰ ਸ਼ਾਹ ਜਲਾਨੀ ਹਜ਼ਰਤ ਪੀਰਾਂ ਦੇ ਪੀਰ ਦਸਤਗੀਰ ਜਨਾਬ ਮੀਰਾ ਗੌਸ ਬਾਗ ਸਰਕਾਰ ਥੈਂਕ ਯੂ
ਸ਼ਹਿਰ ਬਗਦਾਦ ਦੀ ਕੀ ਨਿਸ਼ਾਨੀ ਸ਼ਹਿਰ ਬਗਦਾਦ ਦੀ ਕੀ ਹਮੇ ਨਿਸ਼ਾਨੀ ਤੇ ਜਿੱਥੇ ਉੱਚੀਆਂ ਲੰਮੀਆਂ ਕੀਲਾ ਸ਼ਹਿਰ ਬਗਦਾਦ ਦੀ ਕੀ ਨਿਸ਼ਾਨੀ ਹੋ ਜਿੱਥੇ ਉੱਚੀਆਂ ਲੰਮੀਆਂ ਕੀਲਾ ਇਹ ਤਨ ਮੇਰਾ ਪੁਰਜੇ ਪੁਰਜੇ ਜੂੰ ਦਰਜ਼ੀ ਦੀਆਂ ਲੀਰਾਂ ਹੂੰ ਇਹਨਾਂ ਲੀਰਾਂ ਦੀ ਮੈਂ ਕਫਨ ਸਵਾ ਜੋ ਰਲ ਸਾਸੰਗ ਫਕੀਰਾਂ ਹੂੰ ਉਹ ਸ਼ੇਰ ਬਗਦਾਦ ਦੇ ਹਮੇ ਟੁਕੜੇ ਮੰਗ ਸਾਵੇ ਸੱਜਣਾ ਤੇ ਮੈਂ ਕਰਸਾ ਮੀਰਾਂ ਮੀਰਾਂ ਹੂੰ ਸ਼ੇਰ ਬਗਦਾਦ ਦੇ ਮੈਂ ਟੁਕੜੇ ਮੰਗ ਸਾ ਲਾਲਾ ਜੀ ਹਜ਼ਰਤ ਪੀਰ ਪੀਰਾਂ ਦੇ ਪੀਰ ਅਬਦੁਲ ਕਾਦਰ ਸ਼ਾਹੇ ਜ਼ਿਲਾਨੀ ਮਹਿਬੂਬੇ ਸੁਬਾਨੀ ਕੁਤਬੇ ਰੁਬਾਨੀ ਜਨਾਬੀ ਰਗੌਸ ਪਾਕ ਸਰਕਾਰ ਆਪ ਦਾ ਇੱਕ ਮੁਰੀਦ ਆਪ ਨਾਲ ਇੰਨਾ ਇਸ਼ ਕਰਦਾ ਇੰਨਾ ਇਸ਼ ਕਰਦਾ ਪਰ ਉਹਦੇ ਔਲਾਦ ਨਹੀਂ ਜਨਾਬ ਗਿਆਰਵੀਂ ਵਾਲੀ ਸਰਕਾਰ ਆਪ ਦਾ ਇੱਕ ਮੁਰੀਦ ਆਪ ਨਾਲ ਇੰਨਾ ਇਸ਼ ਕਰਦਾ ਪਰ ਉਹਦੇ ਔਲਾਦ ਨਹੀਂ ਨਮਾਜ਼ ਅਦਾ ਕੀਤੀ ਜਨਾਬ ਨਮਾਜ਼ ਅਦਾ ਕੀਤੀ ਆਪ ਅਰਸ਼ੋ ਫਰਸ਼ ਤੇ ਆ ਗਏ ਆਪ ਕਹਿੰਦੇ ਦੱਸ ਵੀ ਤੈਨੂੰ ਕੀ ਚਾਹੀਦਾ ਜਨਾਬ ਹੌਲੀ ਜੀ ਬੋਲਿਆ ਕਹਿੰਦਾ ਜਨਾਬ ਮੈਂ ਬੜੇ ਚਿਰਾਂ ਤੋਂ ਬੇਔਲਾਦ ਹਾਂ ਤੁਹਾਨੂੰ ਪਤਾ ਹੀ ਆ ਇੱਕ ਵਚਨ ਕਰ ਦਿਓ ਔਲਾਦ ਦੀ ਦਾਤ ਬਖਸ਼ ਦਿਓ ਆਪ ਕਹਿੰਦੇ ਜਾ ਇਹ ਕਿਹੜੀ ਗੱਲ ਆ ਜੇ ਤੈਨੂੰ ਔਲਾਦ ਦੀ ਦਾਤ ਬਖਸ਼ੀ ਕਰ ਗਿਆ ਕਰ ਜਾ ਕੇ ਆਪਣੀ ਬੇਗਮ ਨੂੰ ਦੱਸਿਆ ਬੜਾ ਖੁਸ਼ ਹੋਇਆ ਉਹਦੇ ਘਰ ਵਾਲੀ ਪੁੱਛਦੀ ਹੈ ਕੀ ਗੱਲ ਹੋ ਗਈ ਇੰਨਾ ਖੁਸ਼ ਹੈ ਤੂੰ ਉਹ ਕਹਿੰਦਾ ਕਮਲੀਆਂ ਆਪਾਂ ਬੜੇ ਚਿਰਾਂ ਤੋਂ ਬੇ ਔਲਾਦ ਸੀ ਅੱਜ ਸਾਡੇ ਪੀਰ ਨੇ ਸਾਡੀ ਝੋਲੀ ਖੁਸ਼ੀਆਂ ਨਾਲ ਭਰ ਦਿੱਤੀ ਸਾਨੂੰ ਔਲਾਦ ਦੀ ਦਾਤ ਬਖਸ਼ ਦਿੱਤੀ ਕਹਿੰਦੀ ਚਲੋ ਇਹ ਤੇ ਬਹੁਤ ਵਧੀਆ ਗੱਲ ਹੋ ਗਈ ਕੁਛ ਸਮਾਂ ਬੀਤਿਆ ਘਰ ਵਿੱਚ ਲੜਕਾ ਪੈਦਾ ਹੋਇਆ ਜਦੋਂ ਘਰ ਵਿੱਚ ਲੜਕਾ ਪੈਦਾ ਹੋਇਆ ਜਨਾਬ ਦੀ ਨਿਆਜ਼ ਬਣਾ ਲਈ ਜਨਾਬ ਦੀ ਚਾਦਰ ਬਣਾ ਲਈ ਸਮੁੰਦਰ ਵੱਲ ਤੁਰ ਪਏ ਬੇੜੀ ਦੇ ਵਿੱਚ ਪੈਰ ਰੱਖਿਆ ਇੰਨੀ ਹਨੇਰੀ ਚੱਲੀ ਇੰਨਾ ਤੂਫਾਨ ਆਇਆ ਕਿ ਜਿਸ ਬੱਚੇ ਦੀ ਨਿਆਜ਼ ਲੈ ਕੇ ਜਾ ਰਿਹਾ ਸੀ ਉਹ ਬੱਚਾ ਸਮੁੰਦਰ ਵਿੱਚ ਗਿਰ ਜਾਂਦਾ ਅੱਲਾ ਜਦੋਂ ਬੱਚਾ ਸਮੁੰਦਰ ਵਿੱਚ ਗਿਰ ਗਿਆ ਔਰਤ ਇੰਨਾ ਰੋਂਦੀ ਇੰਨਾ ਕੁਰਲਾਉਂਦੀ ਆਪਣੇ ਘਰ ਵਾਲੇ ਨੂੰ ਕਹਿੰਦੀ ਹੁਣ ਮੈਂ ਨਿਆਜ਼ ਨਹੀਂ ਲੈ ਕੇ ਜਾਣੀ ਉਹ ਕਹਿੰਦੀ ਨਿਆਜ਼ ਕਿਉਂ ਨਹੀਂ ਲੈ ਕੇ ਜਾਣੀ ਉਹਦੇ ਘਰ ਵਾਲਾ ਕਹਿੰਦਾ ਨਿਆਜ਼ ਕਿਉਂ ਨਹੀਂ ਲੈ ਕੇ ਜਾਣੀ ਉਹ ਕਹਿੰਦੀ ਆਪਾਂ ਜਿਹਦੀ ਨਿਆਜ਼ ਲੈ ਕੇ ਚੱਲੇ ਸੀ ਉਹੀ ਨਹੀਂ ਆਪਣੇ ਕੋਲ ਰਿਹਾ ਹੁਣ ਆਪਾਂ ਨਿਆਜ਼ ਕਿਹਦੀ ਲੈ ਕੇ ਜਾਣੀ ਉਹ ਕਹਿੰਦਾ ਕਮਲੀਏ ਉਹ ਮੇਰੀ ਸਰਕਾਰ ਦੇ ਘਰ ਪੁੱਤਾਂ ਦਾ ਘੱਟ ਹੈ ਉਹ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਦਰ ਵਾਲੇ ਨੂੰ ਦਰ ਦਰ ਵਾਲੇ ਨੂੰ ਦਰ ਤੇ ਘਰ ਵਾਲੇ ਨੂੰ ਘਰ ਬਖਸ਼ਦਾ ਚੱਲ ਮੇਰੀ ਸਰਕਾਰ ਕੋਲੋਂ ਹੋਰ ਮੰਗ ਲਾਂਗੇ ਆਪਣੇ ਘਰ ਵਾਲੇ ਦਾ ਹੁਕਮ ਨਾ ਟਾਲ ਸਕੀ ਕੀ ਦੇਖਿਆ ਸਮੁੰਦਰ ਕੰਢੇ ਇੱਕ ਬਜ਼ੁਰਗ ਆਦਮੀ ਖੜਾ ਜਿਹਦੇ ਹੱਥ ਵਿੱਚ ਇੱਕ ਛੋਟਾ ਜਿਹਾ ਬੱਚਾ ਫੜਿਆ ਔਰਤ ਰੋਂਦੀ ਕਰਲਾਉਂਦੀ ਜਾਂਦੀ ਹੈ ਕੀ ਦੇਖਦੀ ਹੈ ਉਹੀ ਰੂਪ ਉਹੀ ਕੱਪੜੇ ਚਪਟ ਮਾਰਦੀ ਬੱਚਾ ਖੋ ਲੈਂਦੀ ਹੈ ਕਹਿੰਦੀ ਬਾਬਾ ਜੀ ਇਹ ਤੇ ਬੱਚਾ ਮੇਰਾ ਤੁਹਾਨੂੰ ਕਿੱਥੋਂ ਮਿਲਿਆ ਜਨਾਬ ਮੁਸਕਰਾ ਕੇ ਬੋਲੇ ਉਹ ਕਹਿੰਦੇ ਕਮਲੀਏ ਉਹ ਬੱਚੇ ਨੂੰ ਪਹਿਚਾਣ ਗਈ ਜਿਹਨਾਂ ਦੀ ਗੋਦੀ ਵਿੱਚ ਚੁੱਕਿਆ ਉਹਨਾਂ ਨੂੰ ਪਹਿਚਾਣ ਸਕੀ ਉਹ ਕੌਣ ਹੈ ਜਦੋਂ ਇੰਨੀ ਗੱਲ ਹੋਈ ਆਪਣੇ ਮੁਰਸ਼ਦ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਵੇਖਿਆ ਉਹਦੀਆਂ ਅੱਖਾਂ ਦੇ ਵਿੱਚ ਖੁਸ਼ੀ ਦੇ ਅੱਥਰੂ
ਤੇ ਨੱਚਦੀ ਟੱਪਦੀ ਗਾਉਂਦੀ ਤਾਂ ਕੀ ਕਹਿੰਦੀ ਗੌਸ ਦੇ ਮੰਨਣ ਵਾਲਿਆਂ ਦੀ ਗੌਸ ਦੇ ਮੰਨਣ ਵਾਲਿਆਂ ਦੀ ਗੌਸ ਦੇ ਮੰਨਣ ਵਾਲਿਆਂ ਦੀ ਬੇੜੀ ਕਦੇ ਨਾ ਅੜੀ ਗੌਸ ਦੇ ਮੰਨਣ ਵਾਲਿਆਂ ਦੀ ਬੇੜੀ ਕਦੇ ਨਾ ਅੜੀ ਗੌਸ ਦੇ ਮੰਨਣ ਵਾਲਿਆਂ ਦੀ ਬੇੜੀ ਕਦੇ ਨਾ ਅੜੀ ਗੌਸ ਦੇ ਮੰਨਣ ਵਾਲਿਆਂ ਦੀ ਬੇੜੀ ਕਦੇ ਨਾ ਅੜੀ ਗੌਸ ਦੇ ਮੰਨਣ ਵਾਲਿਆਂ ਦੀ ਬੇੜੀ ਕਦੇ ਨਾ ਅੜੀ ਗੌਸ ਦੇ ਮੰਨਣ ਵਾਲਿਆਂ ਦੀ ਬੇੜੀ ਕਦੇ ਨਾ ਅੜੀ ਗੌਸ ਦੇ ਮੰਨਣ ਵਾਲਿਆਂ ਦੀ ਬੇੜੀ ਕਦੇ ਨਾ ਅੜੀ ਗੌਸ ਦੇ ਮੰਨਣ ਵਾਲਿਆਂ ਦੀ ਬੇੜੀ ਕਦੇ ਨਾ ਅੜੀ ਦਰਿਆ ਡੋਬਣਾ ਕੀ ਉਹਨੂੰ ਦਰਿਆ ਡੋਬਣਾ ਕੀ ਜੇ ਦੀ ਮੀਰਾ ਬਾ ਫੜੀ ਫੜੀ ਉਹਨੂੰ ਦਰਿਆ ਡੋਬਣਾ ਕੀ ਜੇ ਦੀ ਮੀਰਾ ਬਾ ਫੜੀ ਫੜੀ ਉਹਨੂੰ ਦਰਿਆ ਡੋਬਣਾ ਕੀ ਜੇ ਦੀ ਮੀਰਾ ਬਾ ਫੜੀ ਫੜੀ ਉਹਨੂੰ ਦਰਿਆ ਡੋਬਣਾ ਕੀ ਖਾਂਦੇ ਬਾਈ
ਕੁਤਬ ਨਹੀਂ ਗੌਸ ਬਾਤ ਤੋਂ ਉੱਤੇ, ਕੋਈ ਵਲੀ ਤੇ ਕੋਈ ਕੁਤਬ ਨਹੀਂ ਗੌਸ ਬਾਤ ਤੋਂ ਉੱਤੇ, ਕੋਈ ਵਲੀ ਤੇ ਕੋਈ ਕੁਤਬ ਨਹੀਂ ਗੌਸ ਬਾਤ ਤੋਂ ਉੱਤੇ, ਕੋਈ ਵਲੀ ਤੇ ਕੋਈ ਕੁਤਬ ਨਹੀਂ ਗੌਸ ਬਾਤ ਤੋਂ ਉੱਤੇ, ਕੋਈ ਵਲੀ ਤੇ ਕੋਈ ਕੁਤਬ ਨਹੀਂ ਗੌਸ ਬਾਤ ਤੋਂ ਉੱਤੇ, ਉਹ ਦਰਦੇ ਆਏ ਫਕੀਰਾਂ ਨੂੰ ਨਹੀਂ ਲਾਉਂਦਾ ਲਾਰੇ ਉੱਤੇ, ਉਹ ਦਰਦੇ ਆਏ ਫਕੀਰਾਂ ਨੂੰ ਨਹੀਂ ਲਾਉਂਦਾ ਲਾਰੇ ਉੱਤੇ, ਉਹ ਦਰਦੇ ਆਏ ਫਕੀਰਾਂ ਨੂੰ ਨਹੀਂ ਲਾਉਂਦਾ ਲਾਰੇ ਉੱਤੇ, ਉਹ ਦਰਦੇ ਆਏ ਫਕੀਰਾਂ ਨੂੰ ਨਹੀਂ ਲਾਉਂਦਾ ਲਾਰੇ ਉੱਤੇ, ਠੋਕਰ ਮਾਰ ਜਗਾਵੇ ਮੁਰਦੇ ਸਹਿਬਰਿਆਂ ਦੇ ਸੁੱਤੇ, ਉਹ ਠੋਕਰ ਮਾਰ ਜਗਾਵੇ ਮੁਰਦੇ ਸਹਿਬਰਿਆਂ ਦੇ ਸੁੱਤੇ, ਠੋਕਰ ਮਾਰ ਜਗਾਵੇ ਮੁਰਦੇ ਸਹਿਬਰਿਆਂ ਦੇ ਸੁੱਤੇ, ਠੋਕਰ ਮਾਰ ਜਗਾਵੇ ਮੁਰਦੇ ਸਹਿਬਰਿਆਂ ਦੇ ਸੁੱਤੇ, ਉਹ ਬੜੀਆਂ ਸ਼ਾਨਾਂ ਰੱਖਦੇ ਹਾਫਿਜ਼ ਡੁੱਬੇ